ਇੱਕ ਚੀਜ਼ ਅਸੀਂ ਆਲੇ ਦੁਆਲੇ ਆਪਣੇ ਆਮ ਦੇਖਦੇ ਹਾਂ ਕਿ ਕਈ ਲੋਕਾਂ ਨੂੰ ਨਾ ਆਦਤ ਹੁੰਦੀ ਹੈ ਕਿ ਉਹ ਗਲਤੀ ਕਰ ਵੀ ਲੈਣਗੇ ਪਰ ਉਹ ਮੰਨਣਗੇ ਨਹੀਂ। ਪਰ ਇਹ ਕੋਈ ਮਾੜੀ ਚੀਜ਼ ਹੈ ਗਲਤੀ ਹੋਣੀ? ਦੁਨੀਆ ਦੇ ਵਿੱਚ ਗਲਤੀ ਉਹੀ ਇਨਸਾਨ ਕਰਦਾ ਜਿਹੜਾ ਕੰਮ ਕਰਦਾ, ਇਹ ਤਾਂ ਨੈਚੁਰਲ ਹੈ। ਜੇ ਤੁਸੀਂ ਕੰਮ ਕਰੋਗੇ ਤਾਂ ਗਲਤੀ ਵੀ ਕਰੋਗੇ। ਜਿਹੜਾ ਬੰਦਾ ਕੋਈ ਕੰਮ ਇਹ ਨਹੀਂ ਕਰ ਰਿਹਾ ਉਹ ਕੀ ਗਲਤੀ ਕਰੂਗਾ? ਫਿਰ ਦੂਜਾ ਇਹਦਾ ਫੇਜ਼ ਆ ਜਾਂਦਾ ਕਿ ਤੁਸੀਂ ਗਲਤੀ ਕਰ ਵੀ ਲਈ, ਫਿਰ ਉਹਨੂੰ ਮੰਨ ਲਓ। ਮੰਨਣ 'ਚ ਕੀ ਜਾਂਦਾ? ਜੇ ਅਸੀਂ ਗਲਤੀ ਕਰੀ ਆ ਤਾਂ ਅਸੀਂ ਉਹਨੂੰ ਮੰਨਣ ਦਾ ਹੀਆਂ ਵੀ ਰੱਖ ਸਕਦੇ ਹਾਂ। ਗਲਤੀ ਜਦੋਂ ਅਸੀਂ ਮੰਨ ਲੈਂਦੇ ਹਾਂ ਤਾਂ ਅਸੀਂ ਉੱਥੇ ਹੀ ਉਸ ਨੂੰ ਖਤਮ ਕਰ ਦਿੰਦੇ ਹਾਂ। ਜਦੋਂ ਅਸੀਂ ਨਹੀਂ ਮੰਨਦੇ ਤਾਂ ਸਾਹਮਣੇ ਵਾਲਾ ਸਾਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਅਤੇ ਅਸੀਂ ਉਹਨੂੰ ਡਿਫੈਂਡ ਕਰਦੇ ਹਾਂ, ਤਾਂ ਇਹ ਚੀਜ਼ ਵੱਧਦੀ ਜਾਂਦੀ ਹੈਗੀ। ਤਾਂ ਕਿਉਂ ਨਾ ਮੰਨ ਲਈਏ ਉਹਨੂੰ ਜੇ ਸਾਨੂੰ ਪਤਾ ਹੈ ਕਿ ਅਸੀਂ ਗਲਤੀ ਕੀਤੀ ਹੈ। ਅਤੇ ਤੀਜੀ ਚੀਜ਼ ਜਿਹੜੀ ਅਸੀਂ ਇਹਦੇ ਵਿੱਚ ਕਰ ਸਕਦੇ ਹਾਂ, ਜੇ ਤੁਸੀਂ ਗਲਤੀ ਕਰੀ ਹੈ ਉਹਨੂੰ ਮੰਨ ਵੀ ਲਿਆ, ਹੁਣ ਕੀ ਕਰ ਸਕਦੇ ਹਾਂ? ਹੁਣ ਅਸੀਂ ਇਹਨੂੰ ਸੁਧਾਰ ਸਕਦੇ ਹਾਂ। ਸਾਨੂੰ ਪਤਾ ਹੈ ਕਿ ਸਾਡੇ ਤੋਂ ਕੀ ਗਲਤੀ ਹੋ ਗਈ, ਅਸੀਂ ਉਸੇ ਨੂੰ ਸੁਧਾਰ ਸਕਦੇ ਹਾਂ। ਇਹਦੇ ਵਿੱਚ ਕਿਹੜੇ ਅਸੀਂ ਨੀਵੇਂ ਹੋ ਜਾਵਾਂਗੇ? ਕੋਈ ਵੀ ਗਲਤੀ ਜਿਹੜੀ ਤੁਸੀਂ ਕਰਦੇ ਹੋ ਨਾ ਤਾਂ ਉਹਦੇ ਮੰਨਣ ਨਾਲ ਨੀਵੇਂ ਹੁੰਦੇ ਹੋ ਨਾ ਉਹਨੂੰ ਸੁਧਾਰਨ ਨਾਲ ਨੀਵੇਂ ਹੁੰਦੇ ਹੋ, ਸਗੋਂ ਬੰਦਾ ਵੱਡਾ ਹੁੰਦਾ ਹੈਗਾ। ਉਹ ਡੇ ਬਾਏ ਡੇ ਆਪਣੇ ਆਪ ਨੂੰ ਇੰਪਰੂਵ ਕਰਦਾ ਜਾਂਦਾ ਅਤੇ ਅੱਗੇ ਵੱਧਦਾ ਜਾਂਦਾ ਹੈ। ਉਹੀ ਬੰਦੇ ਅੱਗੇ ਵੱਧਦੇ ਨੇ ਜਿਹੜੀਆਂ ਆਪਣੀਆਂ ਗਲਤੀਆਂ ਕਰਦੇ ਨੇ, ਮੰਨਦੇ ਨੇ ਅਤੇ ਸੁਧਾਰਦੇ ਨੇ। ਹੁਣ ਤੁਸੀਂ ਦੇਖ ਲਓ ਕਿ ਤੁਸੀਂ ਕਿਹੋ ਜਿਹੇ ਇਨਸਾਨ ਬਣਨਾ ਚਾਹੁੰਦੇ ਹੋ। ਮਰਜ਼ੀ ਤੁਹਾਡੀ ਆਪਣੀ ਆ। ਉਮੀਦ ਹੈ ਗੱਲ ਚੰਗੀ ਲੱਗੀ ਹੋਊਗੀ।